ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਜਿਹੜੀ ਹੈ ਉਹ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀਆਂ ਦੀ ਗਰੰਟੀ ਦੇ ਕੇ ਆਈ ਸੀ ਅਤੇ ਅਸੀਂ ਦਿਨ ਰਾਤ ਇੱਕ ਕਰਕੇ ਇਸ ਮਿਸ਼ਨ 'ਤੇ ਲੱਗੇ ਹੋਏ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਮਿਸ਼ਨ 'ਚ ਮੈਗਾ PTMs ਕੀਤੀਆਂ, ਯਾਨੀ ਕਿ ਅਧਿਆਪਕ ਮਾਪੇ ਮਿਲਣੀ, ਤਾਂ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵਿਚਕਾਰ ਆਪਸੀ ਤਾਲਮੇਲ ਬਣਿਆ ਰਹੇ, ਦੂਰੀ ਘਟੇ, ਬੱਚਾ ਸਕੂਲ ਦੇ ਵਿੱਚ ਕੀ ਪਰਫੋਰਮੈਂਸ ਦੇ ਰਿਹਾ ਇਹ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਅਤੇ ਸਕੂਲ ਤੋਂ ਬਾਅਦ ਬੱਚਾ ਕਿਹੜੀਆਂ ਕਿਹੜੀਆਂ ਐਕਟੀਵਿਟੀਆਂ ਕਰਦਾ ਇਹ ਅਧਿਆਪਕਾਂ ਨੂੰ ਪਤਾ ਹੋਣਾ ਚਾਹੀਦਾ, ਜਿਹਦੀ ਕਿ ਚਾਰੇ ਪਾਸੇ ਬਹੁਤ ਸਰਾਹਨਾ ਹੋਈ, ਤਾਰੀਫ ਹੋਈ। ਉਸ ਤੋਂ ਬਾਅਦ ਅਸੀਂ ਸਕੂਲ ਆਫ ਐਮੀਨੈਂਸ ਦਾ ਜਿਹੜਾ ਆਈਡੀਆ ਲੈ ਕੇ ਆਏ, ਤਾਂ ਕਿ ਬੱਚੇ ਦੀ ਜਿਹੜੇ ਫੀਲਡ ਦੇ ਵਿੱਚ, ਜਿਹੜੇ ਖੇਤਰ ਦੇ ਵਿੱਚ ਬੱਚੇ ਦੀ ਰੁਚੀ ਹੈ ਉਹਨੂੰ ਉਸੇ ਖੇਤਰ ਦੇ ਵਿੱਚ ਹੀ ਮੁਹਾਰਤ ਹਾਸਲ ਕਰਾਈਏ, ਉਹਨੂੰ ਉਸੇ ਖੇਤਰ ਦੀ ਹੈ ਟ੍ਰੇਨਿੰਗ ਦਿੱਤੀ ਜਾਵੇ। ਪਰ ਉਹ ਕਹਿੰਦੇ ਆ ਕਿ ਅਧਿਆਪਕ ਜਿਹੜਾ ਹੈ ਉਹ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ, ਅਤੇ ਇਸੇ ਕਰਕੇ ਉਹਨਾਂ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ, ਨੇਸ਼ਨ ਬਿਲਡਰ ਕਿਹਾ ਜਾਂਦਾ। ਦਿੱਲੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੀ ਟੀਮ ਜਦੋਂ ਪੰਜਾਬ ਦੇ ਵਿੱਚ ਚੋਣਾਂ ਵੇਲੇ ਪ੍ਰਚਾਰ ਕਰ ਰਹੇ ਸੀ ਤਾਂ ਅਸੀਂ ਲੋਕਾਂ ਨਾਲ ਇਹ ਵਾਅਦਾ ਕਰ ਰਹੇ ਸੀ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ, ਅਧਿਆਪਕਾਂ ਨੂੰ, ਪ੍ਰਿੰਸੀਪਲਸ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਵਧੀਆ ਟ੍ਰੇਨਿੰਗ ਜਿਹੜੀ ਹੈ ਦਵਾ ਕੇ ਉਹਨਾਂ ਨੂੰ ਇੱਥੇ ਜਿਹੜੀ ਹੈ ਚੰਗੇ ਤਰੀਕੇ ਨਾਲ ਪੜ੍ਹਾਉਣ ਦੇ ਜਿਹੜੇ ਮੁਹਾਰਤ ਹਾਸਲ ਕਰਵਾਵਾਂਗੇ। ਅਤੇ ਇਸੇ ਸਿਲਸਿਲੇ ਦੇ ਵਿੱਚ ਸਾਡਾ ਪਹਿਲਾ ਬੈਚ ਜਿਹੜਾ ਹੈ 36 ਪ੍ਰਿੰਸੀਪਲਸ ਦਾ, ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਜਾ ਰਿਹਾ। ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਜਿਹੜੇ ਨੇ ਉਹ 4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ 'ਤੇ ਜਾ ਰਹੇ ਨੇ ਅਤੇ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਉਹਨਾਂ ਦਾ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ਹੋਊਗਾ, ਜਿੱਥੇ ਉਹਨਾਂ ਨੂੰ ਪੜ੍ਹਾਉਣ ਦੇ ਨਵੇਂ ਨਵੇਂ ਤਰੀਕੇ, ਲੇਟੈਸਟ ਤਰੀਕੇ ਜਿਹੜੇ ਨੇ, ਆਧੁਨਿਕ ਤਕਨੀਕਾਂ ਨਾਲ ਕਿਵੇਂ ਪੜ੍ਹਾਇਆ ਜਾਂਦਾ ਹੈ ਉਹ ਜਿਹੜੇ ਉਹਨਾਂ ਨੂੰ ਸਿਖਾਏ ਜਾਣਗੇ ਅਤੇ 11 ਫਰਵਰੀ ਨੂੰ ਇਹ ਸਾਰੇ ਵਾਪਸ ਆ ਜਾਣਗੇ ਪੰਜਾਬ। ਅਤੇ ਮੈਨੂੰ ਉਮੀਦ ਹੈ ਕਿ ਇਹਨਾਂ ਦੇ ਸਿੰਗਾਪੁਰ ਦੇ ਤਜਰਬੇ ਤੋਂ ਲੱਖਾਂ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹੈ ਉਹ ਸੁਨਹਿਰਾ ਬਣਾਉਣ ਦੇ ਵਿੱਚ ਸਾਨੂੰ ਮਦਦ ਮਿਲੇਗੀ। ਜਦੋਂ ਸਿੰਗਾਪੁਰ ਤੋਂ ਆ ਕੇ ਇਹ ਟੀਚਰ ਆਪਣੇ ਕੁਲੀਗਸ ਨਾਲ ਅਤੇ ਆਪਣੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਗੇ ਤਾਂ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਨੇ ਦੇਸ਼ ਦੇ ਵਿੱਚ ਸਿੱਖਿਆ ਦੇ ਮਾਮਲੇ 'ਚ ਕ੍ਰਾਂਤੀ ਲਿਆਉਣ ਦਾ ਸੁਪਨਾ ਸਜੋਇਆ ਹੋਇਆ, ਉਹ ਵੀ ਸਾਕਾਰ ਹੋਊਗਾ ਅਤੇ ਪੰਜਾਬ ਵੀ ਵਿੱਦਿਆ ਦੇ ਖੇਤਰ 'ਚ ਆਪਣਾ ਅਲੱਗ ਅਤੇ ਅੱਵਲ ਸਥਾਨ ਜਿਹੜਾ ਉਹ ਹਾਸਲ ਕਰੂਗਾ। ਆਪਣਾ ਭਗਵੰਤ ਮਾਨ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਜਿਹੜੀ ਹੈ ਉਹ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀਆਂ ਦੀ ਗਰੰਟੀ ਦੇ ਕੇ ਆਈ ਸੀ ਅਤੇ ਅਸੀਂ ਦਿਨ ਰਾਤ ਇੱਕ ਕਰਕੇ ਇਸ ਮਿਸ਼ਨ 'ਤੇ ਲੱਗੇ ਹੋਏ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਮਿਸ਼ਨ 'ਚ ਮੈਗਾ PTMs ਕੀਤੀਆਂ, ਯਾਨੀ ਕਿ ਅਧਿਆਪਕ ਮਾਪੇ ਮਿਲਣੀ, ਤਾਂ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵਿਚਕਾਰ ਆਪਸੀ ਤਾਲਮੇਲ ਬਣਿਆ ਰਹੇ, ਦੂਰੀ ਘਟੇ, ਬੱਚਾ ਸਕੂਲ ਦੇ ਵਿੱਚ ਕੀ ਪਰਫੋਰਮੈਂਸ ਦੇ ਰਿਹਾ ਇਹ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਅਤੇ ਸਕੂਲ ਤੋਂ ਬਾਅਦ ਬੱਚਾ ਕਿਹੜੀਆਂ ਕਿਹੜੀਆਂ ਐਕਟੀਵਿਟੀਆਂ ਕਰਦਾ ਇਹ ਅਧਿਆਪਕਾਂ ਨੂੰ ਪਤਾ ਹੋਣਾ ਚਾਹੀਦਾ, ਜਿਹਦੀ ਕਿ ਚਾਰੇ ਪਾਸੇ ਬਹੁਤ ਸਰਾਹਨਾ ਹੋਈ, ਤਾਰੀਫ ਹੋਈ। ਉਸ ਤੋਂ ਬਾਅਦ ਅਸੀਂ ਸਕੂਲ ਆਫ ਐਮੀਨੈਂਸ ਦਾ ਜਿਹੜਾ ਆਈਡੀਆ ਲੈ ਕੇ ਆਏ ਤਾਂ ਕਿ ਬੱਚੇ ਦੀ ਜਿਹੜੇ ਫੀਲਡ ਦੇ ਵਿੱਚ, ਜਿਹੜੇ ਖੇਤਰ ਦੇ ਵਿੱਚ ਬੱਚੇ ਦੀ ਰੁਚੀ ਹੈ ਉਹਨੂੰ ਉਸੇ ਖੇਤਰ ਦੇ ਵਿੱਚ ਹੀ ਮੁਹਾਰਤ ਹਾਸਲ ਕਰਾਈਏ, ਉਹਨੂੰ ਉਸੇ ਖੇਤਰ ਦੀ ਹੈ ਟ੍ਰੇਨਿੰਗ ਦਿੱਤੀ ਜਾਵੇ। ਪਰ ਉਹ ਕਹਿੰਦੇ ਆ ਕਿ ਅਧਿਆਪਕ ਜਿਹੜਾ ਹੈ ਉਹ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ ਅਤੇ ਇਸੇ ਕਰਕੇ ਉਹਨਾਂ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ, ਨੇਸ਼ਨ ਬਿਲਡਰ ਕਿਹਾ ਜਾਂਦਾ। ਦਿੱਲੀ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੀ ਟੀਮ ਜਦੋਂ ਪੰਜਾਬ ਦੇ ਵਿੱਚ ਚੋਣਾਂ ਵੇਲੇ ਪ੍ਰਚਾਰ ਕਰ ਰਹੇ ਸੀ ਤਾਂ ਅਸੀਂ ਲੋਕਾਂ ਨਾਲ ਇਹ ਵਾਅਦਾ ਕਰ ਰਹੇ ਸੀ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ, ਅਧਿਆਪਕਾਂ ਨੂੰ, ਪ੍ਰਿੰਸੀਪਲਸ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਵਧੀਆ ਟ੍ਰੇਨਿੰਗ ਜਿਹੜੀ ਹੈ ਦਵਾ ਕੇ ਉਹਨਾਂ ਨੂੰ ਇੱਥੇ ਜਿਹੜੀ ਹੈ ਚੰਗੇ ਤਰੀਕੇ ਨਾਲ ਪੜ੍ਹਾਉਣ ਦੇ ਜਿਹੜੇ ਮੁਹਾਰਤ ਹਾਸਲ ਕਰਵਾਵਾਂਗੇ। ਅਤੇ ਇਸੇ ਸਿਲਸਿਲੇ ਦੇ ਵਿੱਚ ਸਾਡਾ ਪਹਿਲਾ ਬੈਚ ਜਿਹੜਾ 36 ਪ੍ਰਿੰਸੀਪਲਸ ਦਾ, ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਜਾ ਰਿਹਾ। ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਜਿਹੜੇ ਨੇ ਉਹ 4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ 'ਤੇ ਜਾ ਰਹੇ ਨੇ
ਅਤੇ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਉਹਨਾਂ ਦਾ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ਹੋਊਗਾ, ਜਿੱਥੇ ਉਹਨਾਂ ਨੂੰ ਪੜ੍ਹਾਉਣ ਦੇ ਨਵੇਂ ਨਵੇਂ ਤਰੀਕੇ, ਲੇਟੈਸਟ ਤਰੀਕੇ ਜਿਹੜੇ ਨੇ, ਆਧੁਨਿਕ ਤਕਨੀਕਾਂ ਨਾਲ ਕਿਵੇਂ ਪੜ੍ਹਾਇਆ ਜਾਂਦਾ ਹੈ, ਉਹ ਜਿਹੜੇ ਉਹਨਾਂ ਨੂੰ ਸਿਖਾਏ ਜਾਣਗੇ। ਅਤੇ 11 ਫਰਵਰੀ ਨੂੰ ਇਹ ਸਾਰੇ ਵਾਪਸ ਆ ਜਾਣਗੇ ਪੰਜਾਬ। ਅਤੇ ਮੈਨੂੰ ਉਮੀਦ ਹੈ ਕਿ ਇਹਨਾਂ ਦੇ ਸਿੰਗਾਪੁਰ ਦੇ ਤਜਰਬੇ ਤੋਂ ਲੱਖਾਂ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹੈ ਉਹ ਸੁਨਹਿਰਾ ਬਣਾਉਣ ਦੇ ਵਿੱਚ ਸਾਨੂੰ ਮਦਦ ਮਿਲੇਗੀ। ਜਦੋਂ ਸਿੰਗਾਪੁਰ ਤੋਂ ਆ ਕੇ ਇਹ ਟੀਚਰ ਆਪਣੇ ਕੁਲੀਗਸ ਨਾਲ ਅਤੇ ਆਪਣੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਗੇ, ਤਾਂ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਨੇ ਦੇਸ਼ ਦੇ ਵਿੱਚ ਸਿੱਖਿਆ ਦੇ ਮਾਮਲੇ 'ਚ ਕ੍ਰਾਂਤੀ ਲਿਆਉਣ ਦਾ ਸੁਪਨਾ ਸਜੋਇਆ ਹੋਇਆ, ਉਹ ਵੀ ਸਾਕਾਰ ਹੋਊਗਾ। ਅਤੇ ਪੰਜਾਬ ਵੀ ਵਿੱਦਿਆ ਦੇ ਖੇਤਰ 'ਚ ਆਪਣਾ ਅਲੱਗ ਅਤੇ ਅੱਵਲ ਸਥਾਨ ਜਿਹੜਾ ਉਹ ਹਾਸਲ ਕਰੂਗਾ।